ਗੱਲ ਦੇ ਵਿੱਚ ਇਹ ਸੀਗਾ ਵੀ ਜਿਹੜੀ ਸਾਡੇ ਸੂਬੇ ਦੀ ਟੀਮ ਦੇ ਵਿੱਚੋਂ ਇੱਕ ਤਿੱਕੜੀ ਸੀ ਗੁਰਮੀਤ ਸਿੰਘ ਭੱਟੀਵਾਲ, ਬੂਟਾ ਸਿੰਘ ਬੁਰਜਗਿੱਲ, ਜਗਮੋਹਨ ਸਿੰਘ ਪਟਿਆਲਾ। ਇਹ ਚੱਲਦੇ ਮੋਰਚੇ ਦੌਰਾਨ ਵੀ ਏਜੰਸੀਆਂ ਨਾਲ ਰਲ ਕੇ ਇਕੱਲੇ ਗੱਲਬਾਤ ਕਰਦੇ ਰਹੇ, ਦੂਜੀਆਂ ਜਥੇਬੰਦੀਆਂ ਦੇ ਵੀ ਇਤਰਾਜ਼ ਆਉਂਦੇ ਰਹੇ, ਅਸੀਂ ਇਹਨਾਂ ਨਾਲ ਜੱਦੋਜਹਿਦ ਕਰਦੇ ਰਹੇ। ਇਹ ਮਤਲਬ ਜਿਹੋ ਜਿਹਾ ਸਮਝੌਤਾ ਕਰਨ ਨੂੰ ਫਿਰਦੇ ਸੀ, ਅਸੀਂ ਨਹੀਂ ਕਰਨ ਦਿੱਤਾ। ਲੋਕਾਂ ਦਾ ਦਬਾਅ ਪਾ ਕੇ ਇਹਨਾਂ ਨੂੰ ਮਤਲਬ ਰੋਕ ਕੇ ਰੱਖਿਆ ਸੀ। ਇਹਦੇ ਬਾਵਜੂਦ ਵੀ ਇਹਨਾਂ ਨੇ ਮਤਲਬ ਜਿਹੜੀ ਨਿਰਾਸ਼ਤਾ ਸੀ ਇਹਨਾਂ 'ਚ ਪਈ ਵੀ ਘੋਲ ਜਿੱਤਿਆ ਨਹੀਂ ਜਾ ਸਕਦਾ, ਜਦੋਂ ਘੋਲ ਜਿੱਤਿਆ ਗਿਆ ਹੁਣ ਜਦੋਂ ਸਾਡਾ ਸੂਬਾ ਪ੍ਰਧਾਨ ਇਹ ਬੋਲਦਾ ਵੀ ਕਿਸੇ ਗੱਲ ਦਾ ਸਬੂਤ ਦਿਓ, ਹੁਣ ਇੰਨੇ ਸਬੂਤ ਸਾਨੂੰ ਕਿਹੜਾ ਪਤਾ ਸੀ ਵੀ ਐਂ ਹੋਣੀ ਆ ਵੀ ਅਸੀਂ ਸਬੂਤ ਰੱਖਦੇ ਹਨ। ਪਰ ਇੱਕ ਗੱਲ ਦਾ ਸਬੂਤ ਮੈਂ ਦੇ ਦਿੰਦਾ, ਇਹ ਸੰਗਰੂਰ ਜ਼ਿਲ੍ਹੇ ਵਾਲੇ ਲੋਕ ਬੈਠੇ ਆ, ਘੱਟੋ ਘੱਟ 4-5 ਦਿਨ, ਮੈਂ ਤਾਂ 4 ਕਹਿੰਦਾ ਸੀ, ਇਹ ਲੋਕ ਜ਼ਿਆਦਾ ਕਹਿੰਦੇ 5-6 ਦਿਨ ਪਹਿਲਾਂ ਵੀ ਸਿੰਘੂ ਬਾਰਡਰ ਤੋਂ ਤੰਬੂ ਪਟਾਏ ਗਏ ਸਾਡੀ ਜਥੇਬੰਦੀ ਦੇ, ਤੰਬੂ ਇਹ ਕਹਿ ਕੇ ਪਟਾਏ ਗਏ। ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਗੁਰਮੀਤ ਸਿੰਘ ਭੱਟੀਵਾਲ ਨੇ ਮੀਟਿੰਗ ਕਰਾਈ ਆ ਅਤੇ ਆਪਣਾ ਜਗਮੋਹਨ ਸਿੰਘ ਕੋਲ ਸੀ, ਬਈ ਹੁਣ ਇੱਥੇ ਕੀ ਆ ਲੈਣ ਦੇਣ, ਹੁਣ ਘਰਾਂ ਨੂੰ ਚੱਲੋ, ਅਸੀਂ ਤਾਂ ਚੱਲੇ ਹਾਂ, ਅਸੀਂ ਤੁਹਾਨੂੰ ਵੀ ਸੁਨੇਹਾ ਦਿੰਦਾ ਵੀ ਆ ਜਾਓ। ਵੱਡੀ ਗਿਣਤੀ ਜਿਹੜੇ ਉੱਥੋਂ ਸਾਡੇ ਲੋਕ ਸੀ ਜਿਹੜੇ ਉਹਨਾਂ ਦੇ ਆਖੇ ਲੱਗੇ, ਉਹਨਾਂ ਨੇ ਤੰਬੂ ਖੇਡ ਲਏ। ਜਦੋਂ ਤੰਬੂ ਖੇਡ ਲਏ ਤਾਂ ਸਾਨੂੰ ਫੋਨ ਜਾਂਦਾ ਟਿੱਕਰੀ ਬਾਰਡਰ 'ਤੇ, ਉੱਥੇ ਸਾਡੇ ਫਲੈਕਸਾਂ 'ਤੇ ਨੰਬਰ ਲਿਖੇ ਹੋਏ ਸੀ, ਜਿਹੜੀ ਖਾਪ ਪੰਚਾਇਤ ਸੀ ਜਿਹੜੀ ਲੱਸੀ ਲੁੱਸੀ ਦਿੰਦੀ ਸੀ ਉਹ ਸਪਲਾਈ ਕਰਦੀ, ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਤੁਹਾਡੇ ਬੰਦਿਆਂ ਨੂੰ ਡਾਂਗਾਂ ਨਾਲ ਕੁੱਟਾਂਗੇ, ਇਹ ਤੰਬੂ ਦੇੜੀ ਜਾਂਦੇ ਆ, ਅਜੇ ਤਾਂ ਹਫ਼ਤਾ ਪਿਆ ਜਾਣ ਦਾ। ਤਾਂ ਅਸੀਂ, ਮੈਂ ਅਤੇ ਗੁਰਦੀਪ ਸਿੰਘ ਰਾਮਪੁਰਾ ਉੱਧਰੋਂ ਫੌਰੀ 'ਚ ਗੱਡੀ ਲੈ ਕੇ ਭੱਜੇ, ਆ ਕੇ ਇਹਨਾਂ ਨੂੰ ਰੋਕਿਆ, ਮੀਟਿੰਗ ਕਰਾਈ, ਤਾਂ ਸਾਨੂੰ ਸੁਣਿਆ ਪਤਾ ਲੱਗਿਆ ਕਹਿੰਦੇ ਗੁਰਮੀਤ ਸਿੰਘ ਭੱਟੀਵਾਲ ਨੇ ਮੀਟਿੰਗ ਕਰਾਈ ਆ ਅਤੇ ਉਹਨੇ ਕਹੇ ਪੰਜਾਬ ਦੇ ਪ੍ਰਧਾਨ ਦਾ ਹੁਕਮ ਆ, ਅਸੀਂ ਹੁਣ ਇੱਥੇ ਕੀ ਕਰਨਾ, ਮਤਲਬ ਐਲਾਨ ਹੋ ਗਿਆ। ਇਹ ਗੱਲ ਸਾਫ਼ ਕਰਦੀ ਹੈ ਵੀ ਇੰਟੈਲੀਜੈਂਸੀਆਂ ਦੇ ਦਬਾਅ ਥੱਲੇ, ਅਸਲ 'ਚ ਜਿੰਨਾ ਉਹਨਾਂ ਨਾਲ ਤਾਲਮੇਲ ਚੱਲਦਾ ਸੀ, ਇੰਟੈਲੀਜੈਂਸੀਆਂ ਦੇ ਦਬਾਅ ਥੱਲੇ ਉਹ ਤੰਬੂ ਪਟਾਏ ਗਏ। ਮੈਂ ਬੇਨਤੀ ਕਰੂੰਗਾ ਸਾਡੇ ਸਾਬਕਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੂੰ, ਉਹ ਹਰੇਕ ਗੱਲ 'ਤੇ ਜਿੱਥੇ ਬਾਈਟ ਦਿੰਦਾ ਕਿ ਵੀ ਸਬੂਤ ਨਹੀਂ ਹੋ ਕਿਸੇ ਗੱਲ ਦਾ, ਇੱਦੋਂ ਵਧੀਆ ਸਬੂਤ ਮਿਲ ਨਹੀਂ ਸਕਦਾ। ਆਹ ਸੰਗਰੂਰ ਜ਼ਿਲ੍ਹੇ ਦੇ ਲੋਕ ਬੈਠੇ ਨੇ, ਇਹਨਾਂ ਦੇ ਤੰਬੂ 5-6 ਦਿਨ ਪਹਿਲਾਂ ਪਟਾਏ ਗਏ ਨੇ ਸਿੰਘੂ ਬਾਰਡਰ ਤੋਂ। ਇਹ ਨਿਸ਼ਾਨੀ ਦੱਸਦੀ ਆ ਵੀ ਤੁਸੀਂ ਜਿਹੜੀਆਂ ਉਹ ਏਜੰਸੀਆਂ ਸੀ ਰਾਹ ਵਰਗੀਆਂ ਏਜੰਸੀਆਂ ਦੇ ਦਬਾਅ ਥੱਲੇ ਆਏ ਹੋਏ ਸੀ ਅਤੇ ਤੁਸੀਂ ਘੋਲ ਨੂੰ ਵੇਚਣਾ ਚਾਹੁੰਦੇ ਸੀ, ਅਸੀਂ ਨਹੀਂ ਵਿਕਣ ਦਿੱਤਾ, ਅਸੀਂ ਫਿਰ ਉੱਥੇ ਤੰਬੂ ਪਟਾਏ, ਤੁਸੀਂ ਸਾਡੀ ਜਥੇਬੰਦੀ ਦੀ ਬੇਇੱਜ਼ਤੀ ਕਰਾਈ ਆ, ਹੁਣ ਵੀ ਅਸੀਂ ਤੁਹਾਨੂੰ ਕਹਿੰਦੇ ਰਹੇ ਵੀ ਇਹਦਾ ਰਿਵਿਊ ਕਰਨਾ, ਤੁਸੀਂ ਰਿਵਿਊ ਨਹੀਂ ਕਰ ਰਹੇ ਉਹਦਾ। ਅਸੀਂ 1 ਸਾਲ ਤੋਂ ਇਸ ਗੱਲ 'ਤੇ ਖੜ੍ਹੇ ਹਾਂ ਵੀ ਜਿਹੜੀਆਂ ਉੱਥੇ ਕਤਾਈਆਂ ਹੋਈਆਂ ਉਹਨਾਂ 'ਤੇ ਵਿਚਾਰਿਆ ਜਾਵੇ, ਜਥੇਬੰਦੀ ਵਿੱਚ ਵਿਚਾਰਨ ਦੀ ਬਜਾਏ ਤੁਹਾਨੂੰ ਪਤਾ ਸੀ ਵੀ ਜਵਾਬ ਦੇਣਾ ਪਊ, ਤੁਸੀਂ ਜਿਹੜੇ ਮੂਹਰੇ ਬੋਲਣ ਵਾਲੇ ਲੋਕ ਸੀ ਉਹਨਾਂ ਨੂੰ ਪਾਸੇ ਕਰਨ ਵਾਲਾ ਜਿਹੜਾ ਰਸਤਾ ਅਖਤਿਆਰ ਕਰ ਲਿਆ, ਉਹ ਲੰਮੇ ਸਾਹ 'ਚ ਕੋਈ ਬਲਾਕ 'ਚ ਤੁਹਾਡੇ ਮੂਹਰੇ ਬੋਲਦਾ ਸੀ, ਚਾਹੇ ਕੋਈ ਜ਼ਿਲ੍ਹੇ 'ਚ ਬੋਲਦਾ ਸੀ, ਇੱਥੋਂ ਤੱਕ ਵੀ ਸੰਗਰੂਰ ਬਲਾਕ ਨਾਲ ਹੀ ਸੰਬੰਧਿਤ ਭਵਾਨੀਗੜ੍ਹ ਬਲਾਕ ਦੀ ਚੋਣ ਆ ਜਿਹੜੀ ਉਹ 3 ਸਾਲਾਂ ਬਾਅਦ ਹੋਣੀ ਸੀ, ਉਹਦੀ ਮਨਿਆਦ ਹਜੇ 22-8 ਨੂੰ ਪੂਰੀ ਹੁੰਦੀ ਆ 3 ਸਾਲ ਉਹਦੇ, ਜਿਹੜੇ ਉਹਦੇ ਅਹੁਦੇਦਾਰ ਆ ਉਹਨਾਂ ਨੇ ਇੰਨਾ ਚਿਰ ਜੇ ਅਹੁਦੇਦਾਰ ਹੋਰ ਰਹਿਣਾ ਸੀ, ਪਰ ਉਹ ਕਤਲੇਆਮ ਕਰ ਦਿੱਤੀ ਗਈ ਬਈ ਉਹ ਬੋਲਦੇ ਸੀ ਮੂਹਰੇ। ਅਗਰ ਕੋਈ ਪ੍ਰਧਾਨ ਦੇ ਖਿਲਾਫ ਬੋਲਦਾ ਸੀ ਤਾਂ ਉਹਨੂੰ ਬਾਹਰ ਕਰ ਦਿੱਤਾ, ਇਹੀ ਕਾਰਨ ਵੀ ਸਾਨੂੰ ਬਾਹਰ ਕੀਤਾ ਜੀ। ਬਲਕਾਰ ਸਿੰਘ ਟਕਾਉਂਦਾ ਨੇ ਆਪਦੇ ਹੱਥੀਂ ਲਿਖਿਆ, ਸਾਡੇ ਹਾਜ਼ਰੀ 'ਚ ਲਿਖਿਆ, ਸਾਡੇ ਬੈਠ ਅਸੀਂ ਵਿਚਾਰ ਵਟਾਂਦਰਾ ਕਰਕੇ ਲਿਖਿਆ, ਉਹ ਸੰਵਿਧਾਨ ਸਾਡਾ ਪ੍ਰਧਾਨ ਹੈ, ਜਿੰਨਾ ਚਿਰ ਸਾਡੀ ਜਨਰਲ ਕੌਂਸਲ ਕਿਸੇ ਨੂੰ ਜ਼ਿੰਮੇਵਾਰੀ ਨਹੀਂ ਸੰਭਾਲਦੀ ਟੀਮ ਨੂੰ, ਉਹਨਾਂ ਚਿਰ ਸਾਡਾ ਪ੍ਰਧਾਨ ਉਹ ਆ, ਉਹਦੀ ਰੋਸ਼ਨੀ 'ਚ ਅਸੀਂ ਕੰਮ ਕਰਾਂਗੇ। ਲਾਂਭੇ ਕੀਤਾ ਗਿਆ ਕਿ ਹੁਣ ਮਨਜੀਤ ਨੇਰ ਅਲੱਗ ਤੋਂ ਬਣਾਉਣਗੇ ਜਥੇਬੰਦੀ, ਜਿਵੇਂ ਤੁਸੀਂ ਇਕੱਠ ਕਰ ਰਹੇ ਹੋ
ਜਾਂ ਤੁਸੀਂ ਮਤਲਬ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਮੰਨਦੇ ਤਾਂ ਜਾਂ ਤੁਸੀਂ ਉਹਨਾਂ ਨੂੰ ਲਾਂਭੇ ਕਰਕੇ ਜਿਹੜੀ ਜਥੇਬੰਦੀ ਬਾਗਡੋਰ ਆ ਉਹ ਆਪਣੇ ਹੱਥਾਂ 'ਚ, ਇਹ ਤਾਂ ਅਸੂਲ ਹੀ ਕਹਿੰਦਾ ਵੀ ਜਦ ਸਾਡੇ ਉਸ ਸੰਵਿਧਾਨ 'ਤੇ ਖੜਿਆ ਹੀ ਨਹੀਂ। ਖਾਸ ਕਰਕੇ ਇੱਕ ਹੋਰ ਮੈਂ ਤੁਹਾਨੂੰ ਨਿਸ਼ਾਨੀ ਦੱਸ ਦਿੰਦਾ, ਜਿਹੜਾ SSM ਬਣਿਆ ਸਾਡੀ ਜਥੇਬੰਦੀ ਨਿਰੋਲ ਮਤਲਬ ਵੋਟਾਂ ਦਾ ਵਿਰੋਧ ਕਰਨ ਵਾਲੀ ਜਥੇਬੰਦੀ, ਅਸੀਂ ਕਿਸੇ ਦੀ ਹਮਾਇਤ ਨਹੀਂ ਕਰਦੇ, ਅਸੀਂ ਲੋਕਾਂ ਨੂੰ ਕਹਿੰਦੇ ਵੋਟ ਜਿਹਨੂੰ ਮਰਜ਼ੀ ਪਾ ਲਓ। ਪਰ ਬੂਟਾ ਸਿੰਘ ਬੁਰਜਗਿੱਲ ਨੇ SSM ਬਣਾਉਣ ਦੇ ਵਿੱਚ ਪੂਰੀ ਭੂਮਿਕਾ ਨਿਭਾਈ ਹੈ। ਸਾਨੂੰ ਇੱਥੋਂ ਤੱਕ ਕਿਹਾ ਜਦੋਂ ਅਸੀਂ ਉਹਦੇ ਘਰੇ ਜਾ ਕੇ ਗਏ, ਮਤਲਬ ਕਿਹਾ ਵੀ ਤੁਸੀਂ ਗਲਤ ਪੱਟੜੀਆਂ ਚੜ੍ਹਦੇ ਹੋ, ਵੈਟਾਂ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਡੋਲਿਆ ਹੋਇਆ। ਉਹ ਸਾਨੂੰ ਇਹ ਬੋਲਦਾ ਵੀ ਉੱਲੂਆਂ ਨੂੰ ਦੀਂਦਾ ਰਾਤ ਨੂੰ, ਬੰਦਿਆਂ ਨੂੰ ਦੀਂਦਾ ਦਿਨੇ, ਕਹਿੰਦਾ ਲੋਕ ਤਾਂ ਬਾਹਾਂ ਅੱਡੀ ਖੜ੍ਹੇ ਆ, ਬਾਹਾਂ ਮੈਂ ਆਪੇ ਪੰਜਾਬ ਦੇ ਵਿੱਚ ਪਾਸ ਕਰਾ ਲੂੰਗਾ, ਤੁਹਾਡੀ ਲੋੜ ਨਹੀਂ ਮੈਨੂੰ ਰਾਇਆਂ ਦੀ। ਭਰਾ ਮੇਰੇ ਉਹਨੇ ਗਹਾਲੀ ਜਿਹੜੀ ਸਾਡੀ ਥੋੜ੍ਹੇ ਦਿਨਾਂ ਬਾਅਦ ਮੀਟਿੰਗ ਹੋਣ ਵਾਲੀ ਸੀ ਪੰਜਾਬ ਦੀ, ਉਹਦੇ 'ਚ ਇਹ ਏਜੰਡਾ ਲਵਾਤਾ ਗੁਰਦੀਪ ਰਾਮਪੁਰਾ ਨੇ ਅਤੇ ਮੈਂ ਵਿਰੋਧ ਕੀਤਾ। ਇਸ ਗੱਲ ਪ੍ਰਧਾਨ ਜੀ ਸਾਡੀ ਇਸ ਜਥੇਬੰਦੀ 'ਚ ਏਜੰਡਾ ਲੱਗਣਾ ਹੀ ਨਹੀਂ ਚਾਹੀਦਾ, ਸਪੋਰਟ ਕਰਨੀ SSM ਦੀ ਕਿ ਨਹੀਂ ਕਰਨੀ। ਸਾਡਾ ਤਾਂ ਇਹ ਬਣਦਾ ਵੀ ਵਿਰੋਧ ਕਿਹੜੀ ਢੰਗ ਨਾਲ ਕਰਨਾ, ਮੋਟਰਸਾਈਕਲਾਂ 'ਤੇ ਮਾਰਚ ਕਰਕੇ ਕਰਨਾ, ਟਰੈਕਟਰ ਮਾਰਚ ਕਰਨਾ, ਕਿ ਵੱਡੀ ਰੈਲੀ ਕਰਨੀ, ਕੋਈ ਕਾਨਫਰੰਸ ਪੜਦਾ ਚਾਕ ਕਰਨਾ ਸੀ, ਉੱਥੇ ਵੀ ਦਾਦਾਗਿਰੀ ਦਿਖਾਈ ਗਈ। ਪਰ ਜਦੋਂ ਵੋਟਾਂ ਪਈਆਂ 42 ਵੋਟਾਂ ਦੇ ਵਿੱਚੋਂ ਵੋਟਾਂ ਪਈਆਂ 5, ਮੈਂ ਸਲਿਊਟ ਕਰਦਾ ਸਾਡੇ ਉਹਨਾਂ ਯੋਧਿਆਂ ਨੂੰ, ਭਾਵੇਂ ਉਹ ਬੂਟਾ ਸਿੰਘ ਬੁਰਜਗਿੱਲ ਨਾਲ ਹੀ ਖੜ੍ਹ ਜਾਣ, ਮੈਨੂੰ ਕੋਈ ਇਤਰਾਜ਼ ਨਹੀਂ। ਪਰ ਉਹਨਾਂ ਨੇ ਸਾਡੀ ਜਥੇਬੰਦੀ ਦੀ ਪੱਗ ਸਾਂਭ ਕੇ ਰੱਖੀ, ਸਾਨੂੰ ਚੋਣਾਂ 'ਚ ਨਹੀਂ ਜਾਣ ਦਿੱਤਾ, ਨਹੀਂ ਲੋਕ ਸਾਡੇ ਛਿੱਤਰ ਮਾਰਦੇ। ਜਦੋਂ ਇਹੋ ਜਿਹੇ ਆਗੂਆਂ 'ਚ ਏਡੀ ਵੱਡੀ ਗਿਰਾਵਟ ਆ ਜਾਵੇ, ਮੇਰੇ ਸਾਹਮਣੇ ਰਾਜੇਵਾਲ ਸਾਹਿਬ ਨੇ ਕਿਹਾ, ਕਹਿੰਦਾ ਮੈਨੂੰ 35 ਸੀਟਾਂ ਆਪ ਵਾਲਿਆਂ ਨੇ ਦਿੱਤੀਆਂ ਸੀ, ਉਹ ਖੜ੍ਹਾ ਆਪਣੇ ਹਰਮੀਤ ਸਿੰਘ ਕਾਦੀਆਂ, ਇਹਨੇ ਮੇਰੇ ਮੁੰਡੇ ਨਾਲ ਗੱਲ ਕਰਾਈ ਆ ਆਪ ਵਾਲਿਆਂ ਦੀ, 35 ਸੀਟਾਂ ਦਿੰਦੇ ਸੀ ਅਤੇ ਮੁੱਖ ਮੰਤਰੀ ਦੀ ਕੈਂਡੀਡੇਟ ਦੀ ਕੁਰਸੀ ਦਿੱਤੇ ਸੀ। ਕਹਿੰਦਾ ਇਹਨਾਂ ਦਾ ਬੇੜਾ ਬਹਿ ਗਿਆ, ਇਹਨਾਂ ਪੰਜਾਂ ਛੀਆਂ ਕੰਨੀ ਹੱਥ ਕਰਕੇ ਇਹਨਾਂ ਦਾ ਬੇੜਾ ਬਹਿ ਗਿਆ। ਕਹਿੰਦਾ ਇਹ ਕਹਿੰਦੇ SSM ਬਣਾਉਣਾ, ਲੋਕ ਕਿਸਾਨ ਤਾਂ ਬਹੁਤ ਖੁਸ਼ ਹੈ ਵੀ ਕਿਸਾਨਾਂ ਦੀ ਸਰਕਾਰ ਬਣਾਈ ਗਈ, ਨਾਲੇ ਉਹ ਰੋਂਦਾ ਸੀ ਵਿਚਾਰਾ। ਹੁਣ ਫਰਕ ਕੀ ਰਹਿ ਗਿਆ, ਜਦ ਉਹ ਸੰਵਿਧਾਨ 'ਤੇ ਨਹੀਂ ਖੜਿਆ ਸਾਡੇ 'ਤੇ, ਫਿਰ ਸਾਡਾ ਪ੍ਰਧਾਨ ਕਿਵੇਂ ਹੋ ਗਿਆ? ਉਹ ਸਾਡਾ ਬਿਲਕੁਲ ਪ੍ਰਧਾਨ ਨਹੀਂ, ਨਾ ਜਿਹੜੇ ਸੰਵਿਧਾਨ ਤੋਂ ਕੋਈ ਹੋਰ ਉਲਟੂ ਉਹ ਪ੍ਰਧਾਨ ਨਹੀਂ। ਸਾਡਾ ਪ੍ਰਧਾਨ ਅੱਜ ਸੰਵਿਧਾਨ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਦਾਂ ਜਿਵੇਂ ਮੀਟਿੰਗਾਂ ਕਰਕੇ ਲੋਕਾਂ ਤੋਂ ਫਤਵਾ ਲਵਾਂਗੇ, ਜਿਵੇਂ ਲੋਕ ਅੱਗੇ ਚਲਾਉਣਾ ਚਾਹੁੰਗੇ ਜਥੇਬੰਦੀ ਨੂੰ ਉਹ ਸਭ।